हाँ जी, इस वीडियो दे विच मैं तुहानू साउथ कोरिया कंट्री दे विच तुसी अपने स्पाउस दे नाल किवें जा सकते हो, तुसी अपने डिपेंडेंट चिल्ड्रन दे नाल बच्चे नाल किवें जा सकते हो, एंड किस टाइप दा वीजा लई आपां मतलब कि अपने कोल डी टू वीजा जां अपने कोल डी फोर वीजा हुंदा है, आपां अपने स्पाउस नू किन्ने टाइम बाद बुला सकते हो। सो इस वीडियो विच मैं एक प्रेजेंटेशन बनाई है, जिस प्रेजेंटेशन दे विच मैं प्रोपरली सोनू विद लाइव प्रूफ दे नाल एक्सप्लेन कीता है कि तुसी अपने स्पाउस दे नाल जा सकते हो, किन्ने टाइम बाद जा सकते हो, एंड केड़े केड़े डॉक्यूमेंट लगते हैं। सो मेरी वीडियो नू प्लीज पूरी देखो ता जो तुसी विद लाइव प्रूफ दे नाल साउथ कोरिया दे बारे इनफॉर्मेशन लै सको। हाँ जी, जिवें कि मैं तुहानू दस्या सी कि मैं साउथ कोरिया ते एक प्रेजेंटेशन बनाऊंगा। सो जिवें कि मैं हर एक कंट्री बढ़ूंगा स्टैप बाय स्टैप, हर एक कंट्री ते प्रेजेंटेशन बनावांगे विद प्रूफ दे नाल। हुण सब तो पहला तो आपां गल करांगे कि साउथ कोरिया दे विच डिपेंडेंट चिल्ड्रन मतलब कि तुसीं बच्चे दे नाल अपना स्पाउस वीजा किवें ला सकते हो विद प्रूफ दे नाल। सब तो पहला तो एलिजिबल कौन है साउथ कोरिया दे विच, जदों आपां डिपेंडेंट वीजा लाउणा है उस वेले तुहानू पता है कि स्पाउस वीजा ते अनमैरिड चिल्ड्रन मतलब कि बच्चे की एज घट्टो घट 18 तो लैके 19 साल की होनी जरूरी है। ठीक है, 18 तो लैके 19 साल की होनी जरूरी है। उस तो बाद थोड़ा एक आपां कह सकते अलाइन रजिस्ट्रेशन कार्ड हुंदा है, ये थोड़ा नाल लगेगा जदों तुसीं अप्लाई करोगे अपना स्पाउस का वीजा। ਉਹ ਲੌਂਗ ਟਰਮ ਲੱਗਦਾ ਹੁੰਦਾ ਬਟ ਉਹ ਹੁੰਦਾ ਸਿੰਗਲ ਐਂਟਰੀ ਵੀਜ਼ਾ ਹੁੰਦਾ ਅਤੇ ਇਸ ਨੂੰ ਆਪਾਂ 90 ਡੇਜ਼ ਤੋਂ ਅਬਵ ਵਾਲਾ ਵੀਜ਼ਾ ਕਹਿ ਦਿੰਦੇ ਹਾਂ। ਉਹਦੀ ਫੀਸ ਸਿਰਫ ਇੰਨੀ ਹੁੰਦੀ ਹੈ, ਨੋਰਮਲ ਫੀਸ ਹੈ, ਐਕਸਪ੍ਰੈਸ ਵਾਲੀ ਫੀਸ ਨਹੀਂ ਹੈਗੀ। ਜਦੋਂ ਤੁਸੀਂ ਸਾਊਥ ਕੋਰੀਆ ਦੇ ਲਈ ਫਾਈਨ ਅਪਲਾਈ ਕਰੋਗੇ ਤੁਹਾਨੂੰ ਟੀਵੀ ਟੈਸਟ ਕਰਾਉਣਾ ਜ਼ਰੂਰੀ ਹੈ। ਸੋ ਇਹ ਮੈਂ ਜ਼ਰੂਰੀ ਤੁਹਾਨੂੰ ਕਹੂੰਗਾ ਕਿ ਮੰਡੇਟਰੀ ਹੈ। ਹੁਣ ਉਸ ਤੋਂ ਬਾਅਦ ਡਾਕੂਮੈਂਟ ਕਿਹੜੇ ਕਿਹੜੇ ਲੱਗਦੇ ਆ ਜੀ, ਜਦੋਂ ਆਪਾਂ ਆਪਣੇ ਸਪਾਊਸ ਦੀ ਫਾਈਲ ਆਪਣੇ ਨਾਲ ਲਗਾਵਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਕਿ ਓਰੀਜਨਲ ਪਾਸਪੋਰਟ, ਰੀਸੈਂਟਲੀ ਤੁਹਾਡੀ ਆਪਣਾ ਕਹਿ ਸਕਦੇ ਹਾਂ ਕਿ ਫੋਟੋ ਚਾਹੀਦੀ ਹੈਗੀ ਜਿਹੜੀ ਕਿ ਕਲਰ ਹੋਣੀ ਜ਼ਰੂਰੀ ਹੈ। ਉਸ ਤੋਂ ਬਾਅਦ ਐਪਲੀਕੇਸ਼ਨ ਫੋਰਮ ਲੱਗੂਗਾ ਜੀ, ਜਿਹੜਾ ਐਪਲੀਕੇਸ਼ਨ ਫੋਰਮ ਹੈ ਉਹ ਬਲੂ ਪੈਨ ਦੇ ਨਾਲ ਜਾਂ ਆਪਾਂ ਬਲੂ ਪੈਨ ਦੇ ਨਾਲ ਇਹ ਫਿੱਲ ਕਰਨਾ। ਬਟ ਬਲੌਕ ਲੈਟਰ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਫੋਰਮ ਨੂੰ ਇਹ ਵੱਡੇ ਅਕਸ਼ਰਾਂ ਦੇ ਵਿੱਚ ਵੱਡੇ ਲੈਟਰ ਦੇ ਵਿੱਚ ਫਿੱਲ ਕਰਨਾ ਬਲੂ ਪੈਨ ਦੇ ਨਾਲ। ਉਸ ਤੋਂ ਬਾਅਦ ਜਿਹੜਾ ਤੁਹਾਡਾ ਪੈਨ ਹੈ ਉਹ ਮਤਲਬ ਕਿ ਵਾਲ ਪੈਨ ਹੋਣਾ ਜ਼ਰੂਰੀ ਹੈ, ਜੈੱਲ ਪੈਨ ਨਹੀਂ ਹੋਣਾ ਜ਼ਰੂਰੀ ਕਿਉਂਕਿ ਜੈੱਲ ਪੈਨ ਦੇ ਵਿੱਚ ਸ਼ਾਹੀ ਫੈਲ ਜਾਂਦੀ ਹੈ। ਕਾਪੀ ਆਫ ਓਰੀਜਨਲ ਪਾਸਪੋਰਟ, ਕਾਪੀ ਆਫ ਮੈਰਿਜ ਸਰਟੀਫਿਕੇਟ ਤੁਹਾਡਾ ਨਾਲ ਲੱਗੂਗਾ ਜੀ। ਇਹ ਮਤਲਬ ਕਿ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਹੋਇਆ ਹੋਣਾ ਜ਼ਰੂਰੀ ਹੈ। ਉਸ ਤੋਂ ਬਾਅਦ ਬੱਚੇ ਦਾ ਬਰਥ ਸਰਟੀਫਿਕੇਟ ਵੀ ਨਾਲ ਲੱਗੂਗਾ। ਜਿਹੜਾ ਹੈਲਥ ਕੰਡੀਸ਼ਨ ਫੋਰਮ ਹੈ ਇਹਦਾ ਤੁਸੀਂ ਇੱਥੇ ਡਾਊਨਲੋਡ ਵੀ ਕਰ ਸਕਦੇ ਹੋ। ਆਹ ਦੇਖੋ, ਮੈਂ ਤੁਹਾਨੂੰ ਦੱਸਿਆ ਸੀ ਕਿ ਟੀਵੀ ਦੀ ਰਿਪੋਰਟ ਚਾਹੀਦੀ ਹੈ, ਟੀਵੀ ਟੈਸਟ ਰਿਪੋਰਟ ਮੰਡੇਟਰੀ ਹੈ। ਠੀਕ ਹੈ, ਕਾਪੀ ਆਫ ਪਾਸਪੋਰਟ ਆਫ ਯੂਰ ਇਨਵਾਈਟਰ ਤੁਹਾਡਾ ਜਿਹੜਾ ਸਪੋਂਸਰ ਰਹਿ ਰਿਹਾ, ਐਂਡ ਕਾਪੀ ਆਫ ਅਲਾਈਨ ਰਜਿਸਟ੍ਰੇਸ਼ਨ ਕਾਰਡ ਫਰੰਟ ਐਂਡ ਬੈਕ ਸਾਈਡ ਆਫ ਇਨਵਾਈਟਰ। ਉਸ ਤੋਂ ਬਾਅਦ F3 ਵੀਜ਼ਾ ਕੀ ਹੁੰਦਾ ਹੈ, ਇਹਨੂੰ ਆਪਾਂ ਜਿਹੜਾ ਫੈਮਿਲੀ ਵੀਜ਼ਾ ਹੁੰਦਾ ਹੈ ਜਿਹਨੂੰ ਆਪਾਂ ਸਪਾਊਸ ਵੀਜ਼ਾ ਕਹਿ ਦਿੰਦੇ ਹਾਂ, ਇਹਨੂੰ ਆਪਾਂ F3 ਸਲੈਸ਼ ਪਾ ਕੇ ਆਪਾਂ ਕਹਿ ਦਿੰਦੇ ਹੁੰਦੇ ਹਾਂ ਕਿ F3-1 ਵੀਜ਼ਾ ਹੁੰਦਾ ਹੈ ਇਹ। ਜਿਹੜਾ ਹੁਣ ਇਹ F3-1 ਵੀਜ਼ਾ ਹੁੰਦਾ ਹੈ ਇਹਦੇ ਲਈ ਕਿਹੜੇ ਕਿਹੜੇ ਐਲੀਜੀਬਲ ਨੇ ਮੈਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਸਪਾਊਸ ਐਂਡ ਅਨਮੈਰਿਡ ਚਿਲਡਰਨ, ਬੱਚੇ ਦੀ ਏਜ ਵੈਸੇ 20 ਸਾਲ ਕਹਿੰਦੇ ਹੋਣੀ ਜ਼ਰੂਰੀ ਹੈ ਪਰ ਮੈਂ ਫਿਰ ਵੀ 18 ਸਾਲ ਹੀ ਏਜ ਲਿਖਤੀ ਕਿਉਂਕਿ ਫਿਰ ਵੀ 18 ਸਾਲ ਏਜ ਨੂੰ ਤੁਸੀਂ 18 ਸਾਲ ਤੋਂ ਉੱਪਰ ਨਾ ਹੋਵੇ, ਬੱਚੇ ਦੀ ਏਜ 18 ਸਾਲ ਦੀ ਹੋਣੀ ਜ਼ਰੂਰੀ ਹੈ। ਅਨਮੈਰਿਡ ਬੱਚਾ ਹੀ ਨਾਲ ਜਾਊਗਾ। ਸਟੱਡੀ ਜਿਹੜਾ ਹੁੰਦਾ ਹੈ ਇੱਕ D2 ਵੀਜ਼ਾ ਹੋ ਗਿਆ ਅਤੇ ਇੱਕ ਆਪਣਾ ਹੋ ਗਿਆ D4 ਵੀਜ਼ਾ। ਜਿਹੜਾ D2 ਵੀਜ਼ਾ ਹੁੰਦਾ ਉਹ ਮੈਂ ਤੁਹਾਡੇ ਸਾਹਮਣੇ ਮੈਂਸ਼ਨ ਕੀਤਾ ਕਿ D2 ਵੀਜ਼ਾ ਜਿਹੜੇ ਬੈਚਲਰ ਦੇ ਲਈ ਜਾਂਦੇ,
ਜਿਹੜੇ ਮਾਸਟਰ ਦੇ ਲਈ ਜਾਂਦੇ ਆ ਜਾਂ ਕਿਸੇ ਵੀ ਹਾਇਰ ਸਟੱਡੀ ਲਈ ਪੀ ਐਚ ਡੀ ਕਲੀਕ ਕਰਨ ਜਾਂਦੇ ਆ ਉਹਨਾਂ ਲਈ ਡੀ ਟੂ ਵੀਜ਼ਾ ਹੁੰਦਾ। ਡੀ ਟੂ ਵੀਜ਼ੇ ਦੇ ਲਈ ਤੁਸੀਂ ਆਪਣੇ ਉੱਥੇ ਫੁੱਲ ਟਾਈਮ ਜੋਬ ਵੀ ਕਰ ਸਕਦੇ ਹੋ, ਪਰ ਜਿਹੜਾ ਡੀ ਫੋਰ ਵੀਜ਼ਾ ਹੈ ਡੀ ਫੋਰ ਵੀਜ਼ੇ 'ਤੇ ਤੁਸੀਂ ਉੱਥੇ ਜੋਬ ਨਹੀਂ ਕਰ ਸਕਦੇ, ਬਟ ਆਫਟਰ 6 ਮੰਥ ਤੁਸੀਂ ਉੱਥੇ ਜੋਬ ਕਰ ਸਕਦੇ ਹੋ। ਇਹ ਜਿਹੜਾ ਹੁੰਦਾ ਕੋਰੀਅਨ ਲੈਂਗੁਏਜ ਪ੍ਰੋਗਰਾਮ ਹੁੰਦਾ। ਹੁਣ ਜਿਹੜੇ ਕੈਂਡੀਡੇਟ ਮੈਂ ਐਲੀਜੀਬਿਲਟੀ ਦੀ ਗੱਲ ਦੱਸੀ ਹੈ ਕਿ ਜਿਹੜਾ ਆਪਣਾ ਡੀ ਟੂ ਅਤੇ ਡੀ ਫੋਰ ਜਿਹੜੇ ਤੁਸੀਂ ਚਾਹੇ ਲੈਂਗੁਏਜ ਕੋਰਸ ਲਈ ਚੱਲ ਜਾਓ, ਚਾਹੇ ਤੁਸੀਂ ਉੱਥੇ ਬੈਚਲਰ ਮਾਸਟਰ ਕਰਨ ਚੱਲ ਜਾਓ, ਤੁਸੀਂ ਦੋਨੇ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੋ। ਸਪਾਊਸ ਨੂੰ ਕਿਵੇਂ ਬੁਲਾ ਸਕਦੇ ਹੋ? ਕਿਉਂਕਿ ਤੁਹਾਡੇ ਕੋਲ ਅਲਾਈਨ ਆਪਣੇ ਤੁਸੀਂ ਅਲਾਈਨ ਵੀ ਕਹਿ ਸਕਦੇ ਹੋ ਜਾਂ ਏਲੀਅਨ ਵੀ ਕਹਿ ਸਕਦੇ ਹੋ ਜਾਂ ARC ਕਾਰਡ ਵੀ ਕਹਿ ਸਕਦੇ ਹੋ। ਹੁਣ ਡੀ ਟੂ ਵੀਜ਼ਾ ਹੂ ਸਟੱਡੀ ਫੋਰ 4 ਈਅਰ ਔਰ 2 ਈਅਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਬੈਚਲਰ ਹੋਗੀ ਜਾਂ ਮਾਸਟਰ ਹੋਗੀ, ਔਰ ਡੀ ਟੂ ਵੀਜ਼ਾ ਹੋਲਡਰ ਆਰ ਅਲਾਊਡ ਟੂ ਵਰਕ ਪਾਰਟ ਟਾਈਮ। ਮੈਂ ਤੁਹਾਨੂੰ ਜਿਵੇਂ ਦੱਸ ਚੁੱਕਿਆ ਕਿ ਤੁਸੀਂ ਪਾਰਟ ਟਾਈਮ ਵਰਕ ਕਰ ਸਕਦੇ ਹੋ, ਪਰ ਜਿਹੜੇ ਡੀ ਫੋਰ ਵੀਜ਼ੇ ਵਾਲੇ ਹੋਗੇ ਉਹ ਲੈਂਗੁਏਜ ਕੋਰਸ ਦੇ ਉੱਤੇ ਜਾਣਗੇ, ਉਹ ਵੀ ਪਾਰਟ ਟਾਈਮ ਜੋਬ ਕਰ ਸਕਦੇ ਆ, ਬਟ ਆਫਟਰ 6 ਮੰਥ ਉਹਨਾਂ ਲਈ ਪਾਰਟ ਟਾਈਮ ਜੋਬ ਕਰ ਸਕਦੇ ਆ। ਉਸ ਤੋਂ ਬਾਅਦ ਹੁਣ ਇਹ ਜਿਹੜਾ ਹੋ ਗਿਆ ਕਿ ਜਿਹੜਾ ਮੇਰਾ ਉੱਥੇ ਸਪੋਂਸਰ ਜਿਹੜਾ ਮੰਨ ਲਓ ਮੇਰਾ ਪਰਸਨ ਰਹਿ ਰਿਹਾ ਇਨਵਾਈਟਰ ਰਹਿ ਰਿਹਾ, ਉਹਨੂੰ ਡਾਕੂਮੈਂਟ ਕਿਹੜੇ ਕਿਹੜੇ ਲਾਉਣੇ ਪੈਣਗੇ? ਇੱਕ ਤਾਂ ਟੈਕਸ ਪੇਮੈਂਟ ਸਰਟੀਫਿਕੇਟ ਹੁੰਦਾ ਕਿ ਤੁਸੀਂ ਗੌਰਮੈਂਟ ਨੂੰ ਟੈਕਸ ਦੇ ਰਹੇ ਹੋ ਜਾਂ ਨਹੀਂ ਦੇ ਰਹੇ, ਤੁਹਾਡਾ ਕੋਈ ਸਰਟੀਫਿਕੇਟ ਹੈ, ਤੁਸੀਂ ਕਿੱਥੇ ਜੋਬ ਕਰਦੇ ਹੋ, ਜੋ ਵੀ ਹੈ ਸਰਟੀਫਿਕੇਟ ਆਫ ਇੰਪਲਾਇਮੈਂਟ ਪਰੂਫ ਵੀ ਤੁਸੀਂ ਕਿੱਥੇ ਜੋਬ ਕਰਦੇ ਹੋ, ਇੰਪਲਾਇਮੈਂਟ ਪਰੂਫ ਤੁਹਾਨੂੰ ਪਤਾ ਕਿ ਲੱਗੂਗਾ। ਉਸ ਤੋਂ ਬਾਅਦ ਬੈਂਕ ਸਟੇਟਮੈਂਟ ਪ੍ਰੋਵਾਈਡਿੰਗ ਦਾ ਇਨਵਾਈਟਰ ਕੈਨ ਫਾਈਨੈਂਸ਼ਲੀ ਸਪੋਰਟ ਹਿਜ ਔਰ ਹਰ, ਵੀ ਜਿਹੜਾ ਤੁਹਾਡਾ ਉੱਥੇ ਮੰਨ ਲਓ ਇਨਵਾਈਟਰ ਰਹੂਗਾ ਉਹਨਾਂ ਦੀ ਬੈਂਕ ਦੀ ਸਟੇਟਮੈਂਟ ਲੱਗੂਗੀ, ਤੁਹਾਨੂੰ ਆਪਣੀ ਲਾਉਣ ਦੀ ਲੋੜ ਨਹੀਂ, ਅਤੇ ਉਹਨਾਂ ਦਾ ਮੈਰਿਜ ਸਰਟੀਫਿਕੇਟ ਅਤੇ ਬਰਥ ਸਰਟੀਫਿਕੇਟ ਦੇ ਸਭ ਤੋਂ ਇੰਪੋਰਟੈਂਟ ਜਿਹੜਾ ਡਾਕੂਮੈਂਟ ਹੈ ਉਹ ਜਿਹੜਾ ਸਾਰਿਆਂ ਨਾਲੋਂ ਐਂਡ 'ਤੇ ਹੈ, ਸਾਰਿਆਂ ਨਾਲੋਂ ਜਿਹੜਾ ਐਂਡ 'ਤੇ ਡਾਕੂਮੈਂਟ ਹੈ ਇਹ ਸਾਰਿਆਂ ਨਾਲੋਂ ਇੰਪੋਰਟੈਂਟ ਹੈ। ਇਹ ਡਾਕੂਮੈਂਟ ਤੁਸੀਂ ਹਰ ਹਾਲਤ ਵਿੱਚ ਲੈ ਕੇ ਆਉਣਾ, ਇਹ ਹਰ ਹਾਲਤ ਵਿੱਚ ਤੁਸੀਂ ਲਾਉਣਾ। ਇਹ ਜਿਹੜਾ ਡਾਕੂਮੈਂਟ ਹੈ ਇਹਦੇ ਵੀ ਬਾਰੇ ਮੈਂ ਦੱਸੂੰਗਾ। ਦੇਖੋ, ਹੂ ਇਜ਼ ਨੋਟ ਐਲੀਜੀਬਲ ਫੋਰ ਸਾਊਥ ਕੋਰੀਆ, ਮੇਰੀ ਧਿਆਨ ਨਾਲ ਸੁਣਿਓ ਵੀਡੀਓ, ਵੀ ਕਿਹੜੇ ਸਾਊਥ ਕੋਰੀਆ ਦੇ ਵਿੱਚ ਐਲੀਜੀਬਲ ਨਹੀਂ ਹੈਗੇ। ਕਈ ਵਾਰੀ ਕਿਸੇ ਨੂੰ ਮਿਸ ਗਾਈਡ ਕਰ ਦਿੰਦੇ ਆ ਜੀ, ਵਿਚਾਰੇ ਨੂੰ ਨਹੀਂ ਕਿਸੇ ਨੂੰ ਦੱਸਦੇ, ਬਟ ਮੈਂ ਤੁਹਾਨੂੰ ਫਿਰ ਪਰੂਫ ਨਾਲ ਦੱਸ ਰਿਹਾ, ਤੁਹਾਡੇ ਵਾਸਤੇ ਇਹ ਵੀਡੀਓ ਬਣਾ ਰਿਹਾ। ਸੋ ਜਿਹੜੇ ਬੱਚੇ ਦੀ ਏਜ 6 ਸਾਲਾਂ ਤੋਂ ਘੱਟ ਹੈ ਜਾਂ ਮੰਨ ਲਓ ਕਿ ਜਿਨ੍ਹਾਂ ਦੀ ਵਾਈਫ ਪ੍ਰੈਗਨੈਂਟ ਹੈ ਉਹ ਆਪਣਾ ਸਾਊਥ ਕੋਰੀਆ ਦੇ ਵਿੱਚ ਨਹੀਂ ਜਾ ਸਕਦਾ ਡੂਰਿੰਗ ਪ੍ਰੈਗਨੈਂਸੀ, ਤੁਸੀਂ ਸਾਊਥ ਕੋਰੀਆ ਦੇ ਵਿੱਚ ਨਹੀਂ ਜਾ ਸਕਦੇ, ਤੁਸੀਂ ਟਰੈਵਲ ਨਹੀਂ ਕਰ ਸਕਦੇ, ਤੁਸੀਂ ਵੀਜ਼ਾ ਨਹੀਂ ਲੈ ਸਕਦੇ। ਇਹ ਕਲੀਅਰ ਕੱਟ ਹੈ, ਜੇ ਬੱਚੇ ਦੀ ਏਜ 6 ਸਾਲਾਂ ਤੋਂ ਘੱਟ ਹੈ ਤਾਂ ਵੀ ਤੁਸੀਂ ਵੀਜ਼ਾ ਨਹੀਂ ਲੈ ਸਕਦੇ। ਬਟ ਮੈਂ ਤੁਹਾਨੂੰ ਫਿਰ ਦੱਸ ਚੁੱਕਿਆ ਕਿ ਉਹ TV ਦਾ ਟੈਸਟ ਬੜਾ ਮੰਗਦੇ ਆ, ਸੋ ਇਹ TV ਦੇ ਟੈਸਟ ਮੰਗਣ ਵਾਸਤੇ ਉਹਨਾਂ ਨੇ ਚੈਸਟ ਦੇ ਐਕਸਰੇ ਵੀ ਕਰਨੇ ਹੈ। ਆਹ ਮੈਂ ਤੁਹਾਨੂੰ ਦੱਸ ਚੁੱਕਿਆ ਕਿ ਕਿਹੜੀਆਂ ਕਿਹੜੀਆਂ ਰਿਪੋਰਟਾਂ ਚਾਹੀਦੀਆਂ, ਰੇਡੀਓਲੋਜੀ ਰਿਪੋਰਟ ਚਾਹੀਦੀ ਹੈ, ਸਰਟੀਫਿਕੇਟ ਆਫ ਹੈਲਥ ਚਾਹੀਦੀ ਹੈ, ਡਾਕੂਮੈਂਟਸ ਨੋਟ ਮੋਲਡ ਓਲਡਰ। ਇੱਕ ਚੀਜ਼ ਦਾ ਧਿਆਨ ਰੱਖੋ ਵੀ ਜਿਹੜਾ ਤੁਸੀਂ ਡਾਕੂਮੈਂਟ ਬਣਵਾ ਲਓਗੇ, ਚਾਹੇ ਉਹ ਹੈਲਥ ਕੰਸੈਂਟ ਫੋਰਮ ਹੈ, ਮਤਲਬ ਕਿ ਕੋਈ ਵੀ ਤੁਸੀਂ ਮੈਡੀਕਲ ਬਣਵਾ ਲਓਗੇ, ਕੋਈ ਵੀ ਮੈਡੀਕਲ ਸਰਟੀਫਿਕੇਟ ਜਿਵੇਂ ਕਿ ਆਹ ਡਾਕੂਮੈਂਟ ਆ ਜਾਂ ਉਹ ਡਾਕੂਮੈਂਟ ਹੈ, ਇਹ ਡਾਕੂਮੈਂਟ ਤੁਹਾਡੇ 3 ਮਹੀਨਿਆਂ ਤੋਂ ਪੁਰਾਣੇ ਨਹੀਂ ਹੋਣੇ ਜ਼ਰੂਰੀ, ਕਿਉਂਕਿ ਜੇ 3 ਮਹੀਨੇ ਤੋਂ ਪੁਰਾਣੇ ਹੋ ਜਾਣਗੇ ਫਿਰ ਇਸ ਚੀਜ਼ ਦੇ ਵਿੱਚ ਦਿੱਕਤ ਆ ਜੂਗੀ। ਸੋ 3 ਮਹੀਨੇ ਤੱਕ ਇਹ ਡਾਕੂਮੈਂਟ ਤੁਹਾਡੇ ਹੋਣੇ ਜ਼ਰੂਰੀ ਹੈ। ਉਸ ਤੋਂ ਬਾਅਦ ਇੱਥੇ ਥੋੜ੍ਹੀ ਜਿਹੀ ਗੜਬੜ ਹੋ ਗਈ, ਚਲੋ ਕੋਈ ਦਿੱਕਤ ਨਹੀਂ ਹੈ, ਤੁਹਾਨੂੰ ਅੰਡਰਸਟੈਂਡ ਹੋ ਜੂਗੀ। ਇਹ ਮਾੜੇ ਜਿਹੇ ਪ੍ਰਿੰਟ ਦੇ ਵਿੱਚ ਹੋ ਗਈ ਮਿਸਟੇਕ। ਵਟ ਇਜ਼ ਦਾ ਪ੍ਰੋਸੈਸ ਫੋਰ F3? ਆਹ ਦੇਖੋ, ਮੈਂ ਤੁਹਾਨੂੰ ਦੱਸਿਆ ਨਾ F3-1 ਡਿਪੈਂਡੈਂਟ ਫੈਮਿਲੀ ਵੀਜ਼ਾ। ਸਭ ਤੋਂ ਪਹਿਲਾਂ ਕੀ ਸਟੈਪ ਹੈ? ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ ARC ਕਾਰਡ ਅਪਲਾਈ ਕਰਨਾ ਜਿਹੜੇ ਸਾਊਥ ਕੋਰੀਆ ਚਲੇ ਗਏ, ਮਤਲਬ ਕਿ ਤੁਸੀਂ ਜਾਣਾ
ਉਹ ਕੀ ਕਰਨਾ, ਸਭ ਤੋਂ ਪਹਿਲਾਂ ਐਪਲੀਕੇਸ਼ਨ ਫਾਰਮ ਫਿਲ ਕਰਨਾ ਹੈ ਐਂਡ ਜਿਹੜੀ ਕੋਰੀਆ ਦੇ ਮਤਲਬ ਕਿ ਵੀਜ਼ੇ ਦੇ ਪੋਰਟਲ ਦੇ ਉੱਪਰ ਸਿੱਧਾ ਔਨਲਾਈਨ ਫਿਲ ਹੋ ਜਾਊਗਾ। ਸੈਕਿੰਡਲੀ ਤੁਸੀਂ ਜਿਹੜਾ ਵੀਜ਼ੇ ਨੂੰ ਤੁਸੀਂ ਉਹਨੂੰ ਐਪਲੀਕੇਸ਼ਨ ਫਾਰਮ ਨੂੰ ਫਿਲ ਕਰਕੇ ਉਹਨੂੰ ਸਾਈਨ ਕਰਕੇ ਫਿਰ ਤੁਸੀਂ ਜਿਹੜੇ ਆਪਣੇ ਉਹਨਾਂ ਦੇ ਸਬਮਿਟ ਕਰਾ ਦੇਣਾ ਜਿਹੜੇ ਦੀ ਮਤਲਬ ਕਿ ਆਪਣੀ ਗੌਰਮੈਂਟ ਨੂੰ। ਉਸ ਤੋਂ ਬਾਅਦ ਐਵਰੀਵਨ ਹੂ ਵਾਂਟਸ ਟੂ ਸਟੇ ਇਨ ਕੋਰੀਆ ਮੋਰ ਲੋਂਗਰ ਦੈਨ 90 ਡੇਜ਼, ਜਿਹੜੇ ਵੀ ਬੰਦੇ ਸਾਊਥ ਕੋਰੀਆ ਦੇ ਵਿੱਚ 90 ਦਿਨ ਤੋਂ ਜ਼ਿਆਦਾ ਰਹਿਣਗੇ, 90 ਦਿਨ ਤੋਂ ਜ਼ਿਆਦਾ ਰਹਿ ਰਹੇ ਨੇ, ਉਹਨਾਂ ਨੂੰ ARC ਕਾਰਡ ਬਹੁਤ ਜ਼ਰੂਰੀ ਹੈ। ਸੋ ਤੁਹਾਨੂੰ ARC ਕਾਰਡ ਬਣਵਾਉਣਾ ਪਊਗਾ, ਹੈਜ਼ ਟੂ ਅਪਲਾਈ ਫੋਰ ARC ਕਾਰਡ ਐਂਡ ਸੀਵਿੰਗ ਏ ਕਾਰਡ ਫਰੋਮ ਦਾ ਅਥਾਰਟੀਜ਼। ਮੈਂ ਤੁਹਾਨੂੰ ਇਹਦਾ ਵੀ ਪ੍ਰੋਸੈਸ ਦੱਸੂੰਗਾ ਕਿ ARC ਕਾਰਡ ਕਿਵੇਂ ਅਪਲਾਈ ਕਰ ਸਕਦੇ ਹੈ। ਪਰ ਜੇ ਤੁਹਾਡੇ ਕੋਲ ਚਾਹੇ ਉਹ D2 ਵੀਜ਼ਾ ਚਾਹੇ ਉਹ D4 ਵੀਜ਼ਾ, ਪਰ ਤੁਹਾਨੂੰ ARC ਕਾਰਡ ਬਣਾਉਣਾ ਪਊਗਾ। ARC ਕਾਰਡ ਦਾ ਜਿਹੜਾ ਪ੍ਰੋਸੈਸ ਦਾ ਟਾਈਮ ਹੈ ਇਹਦਾ ਮੇਰੇ ਹਿਸਾਬ ਨਾਲ 10 ਵੀਕ ਨਹੀਂ 4 ਵੀਕ ਦਾ ਪ੍ਰੋਸੈਸਿੰਗ ਟਾਈਮ ਹੈ, ਇਹ ਮੈਂ ਦੱਸੂੰਗਾ, ਨਹੀਂ ਸੋਰੀ 2 to 3 ਵੀਕ ਦਾ ਇਹਦਾ ਪ੍ਰੋਸੈਸਿੰਗ ਟਾਈਮ ਹੈ, 2 to 3 ਵੀਕ ਦਾ ਪ੍ਰੋਸੈਸਿੰਗ ਟਾਈਮ ਹੈ। ਹਾਂ ਦੇਖੋ 2 to 3 ਵੀਕ ਦਾ ਪ੍ਰੋਸੈਸਿੰਗ ਟਾਈਮ ਹੈ, ਮੇਰੇ ਤੋਂ ਮਿਸਟੇਕ ਹੋ ਗਈ। ਸੋ ਡਾਕੂਮੈਂਟ ਰਿਕੁਆਇਰਡ ਫੋਰ ARC ਕਾਰਡ। ਹੁਣ ਤੁਸੀਂ ਇਹ ਨਾ ਕਿਉਂਕਿ ਏ ਆਰ ਸੀ ਕਾਰਡ ਹੀ ਲਾ ਰੱਖੀ ਹੈ, ARC ਕਾਰਡ ਤੁਹਾਡੇ ਬੜਾ ਕੰਮ ਦਾ। ARC ਕਾਰਡ ਦੇ ਨਾਲ ਤੁਸੀਂ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੋ, ਸਭ ਤੋਂ ਅਸੈਂਸ਼ੀਅਲ ਡਾਕੂਮੈਂਟ ਹੈ, ਕਿਉਂਕਿ ਜਿਹੜਾ ARC ਕਾਰਡ ਹੈ ਨਾ ਇਹ ਡਾਕੂਮੈਂਟ ਰਿਕੁਆਇਰਡ। ਮੈਂ ਤੁਹਾਨੂੰ ਦੱਸਿਆ ਜਿਵੇਂ ਕਿ ਫੋਰ ARC ਕਾਰਡ ਸਾਊਥ ਕੋਰੀਆ, ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਐਪਲੀਕੇਸ਼ਨ ਫੋਰਮ ਫਿਲ ਕਰਨਾ ਹੈ, ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ। ਉਸ ਤੋਂ ਬਾਅਦ ਪਾਸਪੋਰਟ ਕਾਪੀ ਲੱਗੂਗੀ, ਪਾਸਪੋਰਟ ਦੀ ਇੱਕ ਰੀਸੈਂਟਲੀ ਫੋਟੋ ਲੱਗੂਗੀ। ਉਸ ਤੋਂ ਬਾਅਦ ਫੀਸ, ਇਹਦੀ ਫੀਸ ਕਿੰਨੀ ਹੈ, ਇਹਦੀ ਫੀਸ 30,000 ਸਾਊਥ ਕੋਰੀਆ ਦੀ ਕਰੰਸੀ ਹੈ, ਇਨ ਕੈਸ਼ ਤੁਸੀਂ ਇਹਨੂੰ ਸਬਮਿਟ ਕਰਾ ਸਕਦੇ ਹੋ। ਮੈਂ ਤੁਹਾਨੂੰ ਸਾਰਾ ਕਲੀਅਰਲੀ ਦੱਸਦਾ, ਕੋਈ ਕਹਿੰਦਾ ਜਿਵੇਂ ਕਾਰਡ ਨਾਲ ਕਰਾਉਣਾ ਤੁਸੀਂ ਕੈਸ਼ ਜਮ੍ਹਾਂ ਕਰਾ ਸਕਦੇ ਹੋ। ਸੋ ਜਿਹੜੀ ਸਾਊਥ ਕੋਰੀਆ ਦੀ ਕਰੰਸੀ ਹੈ ਉਹ ਦੇਖੋ 0.063, ਇਹ ਤੁਸੀਂ ਕਰਾਂਸੀ ਦੇ ਨਾਲ ਜਾਇਓ। ਕੰਟਰੀ ਦੀ ਕਮਾਈ ਦੇਖਿਓ, ਘੱਟੋ ਘੱਟ 1 to 1.5 ਲੱਖ ਰੁਪਇਆ ਬਣਦਾ ਮੰਥਲੀ। GDP ਤੇ ਜਾਓ, ਕੰਟਰੀ ਦੀ GDP ਤੇ ਜਾਓ, ਸਿਰਫ 2,000 ਰੁਪਏ ਲੱਗੂਗਾ। ਮੈਂ 1890 ਮੈਂ ਐਗਜੈਕਟ ਜੋੜਤਾ, ਤੁਸੀਂ ਆਏ ਮੰਨ ਲਓ 3,000 ਲਾ ਲਓ, ਤੁਸੀਂ 2,000 2,500 ਤੋਂ 3,000 ਹੀ ਲਾ ਲਓ, 3,000 ਲੱਗ ਸਕਦਾ ਜਿਹੜਾ ਇਹ ਕਾਰਡ ਹੈ। ਪਰ ਇੱਕ ਚੀਜ਼ ਮੈਂ ਹੋਰ ਦੱਸੂਗਾ, ਜਦੋਂ ਤੁਸੀਂ ਕੰਟਰੀ ਨੂੰ ਲੀਵ ਕਰੋਗੇ ਤੁਹਾਨੂੰ ਲੀਵ ਕਰਨ ਵੇਲੇ ਕੰਟਰੀ ਦੇ ਵਿੱਚ ARC ਕਾਰਡ ਜਮ੍ਹਾਂ ਕਰਾਉਣਾ ਪਊਗਾ। ਉਸ ਤੋਂ ਬਾਅਦ ਇਸ ਦਾ ਪ੍ਰੋਸੈਸ ਕੀ ਹੈ, ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ। ਐਪਲੀਕੇਸ਼ਨ ਪ੍ਰੋਸੈਸ, ਵਿਜ਼ਿਟ ਦਾ ਅਫੀਸ਼ੀਅਲ ਇਮੀਗ੍ਰੇਸ਼ਨ ਵੈਬਸਾਈਟ ਆਫ ਕੋਰੀਆ ਨੇਮਡ ਹਾਈ ਕੋਰੀਆ। ਤੁਸੀਂ ਇਸ ਵੈਬਸਾਈਟ ਤੇ ਵਿਜ਼ਿਟ ਕਰਨਾ ਹੈ, ਆਨਲਾਈਨ ਰਿਜ਼ਰਵੇਸ਼ਨ ਐਟ ਦਾ ਸੈਂਟਰ। ਉਸ ਤੋਂ ਬਾਅਦ ਵਿਜ਼ਿਟ ਦਾ ਸੈਂਟਰ, ਸੈਂਟਰ 'ਚ ਵਿਜ਼ਿਟ ਕਰਨਾ ਹੈ ਔਨ ਦਾ ਡੇਟ, ਜਿਹੜੀ ਤੁਹਾਨੂੰ ਡੇਟ ਮਿਲੀ ਹੈ, ਜਿਵੇਂ ਕਿ ਵੀਜ਼ਾ ਅਪਲਾਈ ਕਰਦੇ ਹਾਂ ਉਸੇ ਤਰ੍ਹਾਂ ਹੀ ਆਪਾਂ ਨੂੰ ਅਪੁਆਇੰਟਮੈਂਟ ਲੈਣੀ ਪਊਗੀ। ਦੈਨ ਤੁਹਾਡੇ ਫਿੰਗਰਪ੍ਰਿੰਟ ਹੋਣਗੇ, ਮੇਰੇ ਤੋਂ ਮਿਸਟੇਕ ਹੋ ਗਈ, ਫਿੰਗਰਪ੍ਰਿੰਟ ਹੋਣਗੇ, ਦੈਨ ਉੱਥੇ ਡਿਜੀਟਲ ਫੋਟੋ ਹੋਊਗੀ, ਕਿਉਂਕਿ ਜਿਵੇਂ ਆਪਾਂ ਕਾਰਡ ਹੁੰਦਾ ਹੈ ਹਰੇਕ ਕਾਰਡ ਦੇ ਵਿੱਚ ਤੁਹਾਡੀ ਆਈਡੈਂਟੀ ਪਾਸਪੋਰਟ ਸਾਈਜ਼ ਫੋਟੋ ਲੱਗੂਗੀ। ਉਸ ਤੋਂ ਬਾਅਦ ਜਿਹੜਾ ਕਾਰਡ ਹੈ ਇਹ 2 to 3 ਹਫ਼ਤਿਆਂ ਦੇ ਵਿੱਚ ਇਸ਼ੂ ਹੋ ਜਾਊਗਾ। ਦੈਨ ਤੁਸੀਂ ਆਪਣੇ ਸਪਾਊਸ ਨੂੰ, ਆਪਣੇ ਬੱਚੇ, ਜਿਵੇਂ ਕਿ ਤੁਸੀਂ ਵੀਡੀਓ ਦੇਖੀ ਮੇਰੀ ਕਿ ਮੈਂ ਇੱਕ ਪ੍ਰੈਜੈਂਟੇਸ਼ਨ ਬਣਾਈ ਸੀ ਜਿਸ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਸਾਊਥ ਕੋਰੀਆ ਦੇ ਵਿੱਚ ਆਪਣੇ ਸਪਾਊਸ ਦੇ ਨਾਲ ਜਾ ਸਕਦੇ ਹੋ, ਆਪਣੇ ਬੱਚੇ ਦੇ ਨਾਲ ਵੀ ਜਾ ਸਕਦੇ ਹੋ, ਜਾਂ ਤੁਸੀਂ ਉੱਥੇ ARC ਕਾਰਡ ਅਪਲਾਈ ਕਰਕੇ ਉਸ ਤੋਂ ਬਾਅਦ ਆਪਣੇ ਸਪਾਊਸ ਨੂੰ ਵਿਦ ਇਨ 3 ਮੰਥ ਦੇ ਵਿੱਚ ਜਾਂ ਉਸ ਤੋਂ ਬਾਅਦ ਬੁਲਾ ਸਕਦੇ ਹੋ। ਇਸ ਦੇ ਨਾਲ ਨਾਲ ਮੈਂ ਹੋਰ ਯੂਨੀਵਰਸਿਟੀਜ਼ 'ਤੇ ਕਿੰਨੀ ਫੀਸ ਆਉਂਦੀ ਹੈ, ਕਿਵੇਂ ਤੁਸੀਂ ਸਾਊਥ ਕੋਰੀਆ ਵਿੱਚ ਅਪਲਾਈ ਕਰ ਸਕਦੇ ਹੋ ਐਂਡ ਕਿਹੜੇ ਕਿਹੜੇ ਡਾਕੂਮੈਂਟ ਲੱਗਦੇ ਆ, ਕਿੰਨਾ ਫੰਡ ਹੈ, ਕਿਹੜੀ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਅਪਲਾਈ ਕਰਨਾ ਚਾਹੀਦਾ। ਇੱਕ ਤਾਂ ਹੁੰਦਾ ਕਿ ਵੀਡੀਓ ਬਣਾਉਣੀ ਹੈ, ਇੱਕ ਹੁੰਦਾ ਕਿ ਆਪਾਂ ਵਿਦ ਲਾਈਵ ਪਰੂਫ ਦੇ ਨਾਲ ਦਿਖਾਉਣੇ ਹੈ। ਸੋ ਉਸ ਦੇ ਨਾਲ ਬੰਦੇ ਨੂੰ ਜ਼ਿਆਦਾ ਨੌਲੇਜ ਮਿਲਦੀ। ਸੋ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਤੁਸੀਂ ਮੇਰੀ ਹਰ ਇੱਕ ਵੀਡੀਓ ਨੂੰ ਦੇਖ ਸਕੋ, ਕਿਉਂਕਿ ਅਸੀਂ ਹਰ ਇੱਕ ਯੂਨੀਵਰਸਿਟੀ 'ਤੇ ਹਰ ਇੱਕ ਟੋਪਿਕ 'ਤੇ, ਜਿਵੇਂ ਉਹ D2 ਵੀਜ਼ਾ ਜਾਂ D4 ਵੀਜ਼ਾ, ਜੇ ਉਹ ਵਰਕ ਪਰਮਿਟ ਹੈ, ਅਸੀਂ ਵਰਕ ਪਰਮਿਟ ਜਾਂ ਕੋਈ ਡੀਲ ਨਹੀਂ ਕਰਦੇ, ਬਟ ਮੈਂ ਤੁਹਾਨੂੰ ਹਰ ਇੱਕ ਡਿਟੇਲ ਤੁਹਾਨੂੰ ਨੌਲੇਜ ਦੇਣੀ ਹੈ। ਈਵਨ ਕਿ ਮੈਂ ਹੋਰ ਯੂਰੋਪੀਅਨ ਦੀਆਂ ਸਾਰੀਆਂ ਕੰਟਰੀਆਂ ਦੀ ਸਟੈਪ ਬਾਏ ਸਟੈਪ ਨੌਲੇਜ ਦੇਊਂਗਾ, ਮੈਂ ਪ੍ਰੈਜੈਂਟੇਸ਼ਨ ਸਟੈਪ ਬਾਏ ਸਟੈਪ ਆਪਣੇ ਚੈਨਲ ਉੱਪਰ ਅਪਲੋਡ ਕਰੂੰਗਾ। ਸੋ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ, ਮੇਰੇ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰੋ ਤਾਂ ਜੋ ਤੁਸੀਂ ਮੇਰੀਆਂ ਆਉਣ ਵਾਲੀਆਂ ਵੀਡੀਓ ਨੂੰ ਦੇਖ ਸਕੋ। ਸਤਿ ਸ਼੍ਰੀ ਅਕਾਲ।